ਕਹਿੰਦੇ ਵੀ ਫਤਿਹਗੜ੍ਹ ਛੰਨਾ ਪਿੰਡ ਹੈ ਜ਼ਿਲ੍ਹੇ ਬਰਨਾਲੇ ਦਾ, ਕਹਿੰਦੇ ਵੀ ਦੂਸਰਾ ਪਿੰਡ ਫਤਿਹਗੜ੍ਹ ਛੰਨਾ ਸਮਾਣੇ ਦੇ ਲਾਗੇ ਹੈ ਜਿੱਥੋਂ ਦੇ ਪਾਲੀ ਹੋਣੀ ਬੱਲੇ ਬੱਲੇ ਕਰਵਾਉਂਦੇ ਹੈ, ਪਰ ਆਹ ਮੁੰਡੇ ਦਾ ਪਿੰਡ ਧੌਲੇ ਦੇ ਲਾਗੇ ਹੈ ਜ਼ਿਲ੍ਹਾ ਬਰਨਾਲੇ ਦਾ ਫਤਿਹਗੜ੍ਹ ਛੰਨਾ ਦਾ ਪੁਆਇੰਟ ਹਰਦੀਪ ਸਿੰਘ ਦਾ ਪੁਆਇੰਟ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਹੈ। ਅਗਲੀ ਕਬੱਡੀ ਕਿਸ਼ਨਗੜ੍ਹ ਫਰਵਾਹੀ ਪਿੰਡ ਦਾ, ਕਹਿੰਦੇ ਵੀ ਨੌਜਵਾਨ ਮੇਜਰ ਸਿੰਘ ਅੱਗੇ ਵੱਲ ਨੂੰ ਵਧਿਆ ਹੋਇਆ। ਬੀਤੇ ਦਿਨੀ ਨੈਣੇਵਾਲ ਦਾ ਟੂਰਨਾਮੈਂਟ ਜਿੱਤਿਆ 75 ਕਿਲੋ ਭਾਰ ਦਾ, ਕਹਿੰਦੇ ਵੀ ਕਿਸ਼ਨਗੜ੍ਹ ਫਰਵਾਹੀ ਦੀ ਟੀਮ ਨੇ ਲਓ ਮੇਜਰ ਨੌਜਵਾਨ ਕਬੱਡੀ ਪਾ ਰਿਹਾ ਤੇ ਨੌਜਵਾਨ ਕਹਿੰਦੇ ਵੀ ਪੱਪੂ ਰੂੜੇ ਕੇ ਕਲਾਂ ਵਾਲਾ ਪੱਪੂ ਲਓ ਵੱਧ ਕੇ ਕਰਦਾ ਹੋਇਆ ਜੱਫਾ ਲਾਉਣ ਦੀ ਕੋਸ਼ਿਸ਼ ਹੈ। ਲਓ ਪੁਆਇੰਟ ਜਿਹੜਾ ਮੇਜਰ ਦਾ ਪੁਆਇੰਟ ਕਿਸ਼ਨਗੜ੍ਹ ਹਾਂਜੀ ਟੀਮ ਦਾ। ਕਬੱਡੀ ਓਪਨ ਦਾ ਫਾਈਨਲ ਮੈਚ, ਦੋਨੇ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਗਰਾਊਂਡ ਦੇ ਲਾਗੇ ਪਹੁੰਚਣ। ਫਾਈਨਲ ਮੈਚ ਅੱਜ ਦਾ ਇਹ ਲਾਸਟ ਮੈਚ ਹੋਵੇਗਾ। ਦਰਸ਼ਕ ਸੁਬਾਹ ਤੋਂ ਲੈ ਕੇ 12 ਵੱਜਣ ਵਾਲੇ ਹੋ ਗਏ, ਉਸੇ ਤਰ੍ਹਾਂ ਹੀ ਬੈਠੇ ਨੇ। ਖਿਡਾਰੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਇਹ ਤੁਹਾਡੀ ਉਡੀਕ ਕਰ ਰਹੇ ਨੇ, ਤੁਸੀਂ ਵੀ ਸਮੇਂ ਦਾ ਪਾਬੰਦ ਹੋ ਕੇ ਗਰਾਊਂਡ ਦੇ ਲਾਗੇ ਪਹੁੰਚੋ ਤਾਂ ਕਿ ਦਰਸ਼ਕ ਆਪਣੇ ਆਪਣੇ ਘਰਾਂ ਨੂੰ ਜਾ ਸਕਣ। ਮਹਾਂ ਸਿੰਘ ਵਾਲੇ ਦੀ ਟੀਮ ਦੇ ਖਿਡਾਰੀ ਆਪਣੀ ਗੱਡੀ ਕੋਲੇ ਪਹੁੰਚ ਜਾਣ ਜੀ। ਮਹਾਂ ਸਿੰਘ ਵਾਲਾ ਓਪਨ ਦੀ ਟੀਮ ਦੇ ਖਿਡਾਰੀ ਮਹਾਂ ਸਿੰਘ ਵਾਲੇ ਦੇ ਆਪਣੀ ਗੱਡੀ ਕੋਲੇ ਪਹੁੰਚ ਜਾਣ। ਅਵਤਾਰ ਸਿੰਘ ਜੀ ਸਿੱਧੂ ਤਾਰੀ ਕਲੱਬ ਪ੍ਰਧਾਨ, ਪਾਲੀ ਸੰਧੂ, ਸੀਪਾ ਜੈਨ, ਸਰਦੂਲ ਸੰਧੂ ਤੇ ਮੱਦੀ ਸੰਧੂ ਕੈਸ਼ੀਅਰ, ਸਾਡੇ ਰੋਸ਼ਨ ਅਰੋੜਾ ਜੀ, ਬੋਗਾ ਚਹਿਲ, ਨਿੱਕਾ ਚਹਿਲ ਜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਇੱਧਰ ਮੈਦਾਨ ਦੇ ਵਿੱਚ ਪੁਆਇੰਟ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਹੈ। ਚੱਲ ਵੀ ਹਰਦੀਪ ਸਿੰਘ ਪਾ ਵੀ ਕਬੱਡੀ। ਲਓ ਮੈਦਾਨ ਦੇ ਵਿੱਚ ਫਤਿਹਗੜ੍ਹ ਛੰਨਾ ਵਾਲਾ ਹਰਦੀਪ ਅਗਲੀ ਰੇਡ ਪਾਉਣ ਦੇ ਵਾਸਤੇ ਅੱਗੇ ਵੱਲ ਨੂੰ ਵਧਿਆ ਹੋਇਆ ਹੈ। ਲਓ ਮੈਦਾਨ ਦੇ ਵਿੱਚ ਇੱਧਰਲੇ ਪਾਸੇ ਕਹਿੰਦੇ ਵੀ ਕਹਿੰਦਾ ਢੱਡਿਆਂ ਵਾਲਾ, ਨਾਲ ਕਹਿੰਦੇ ਵੀ ਗੁਰਪ੍ਰੀਤ ਮੋਟਾ ਹੈ ਕਿਸ਼ਨਗੜ੍ਹ ਫਰਵਾਹੀ ਦੀ ਧਰਤੀ ਦਾ। ਲਓ ਇੱਧਰਲੇ ਪਾਸੇ ਮੁੰਡਾ ਕਹਿੰਦਾ ਢੱਡਿਆਂ ਵਾਲਾ, ਲਓ ਵੱਧ ਕੇ ਜੱਫਾ ਲਾਉਣ ਦੀ ਕਰਦਾ ਹੋਇਆ ਪੂਰੀ ਕੋਸ਼ਿਸ਼ ਹੈ। ਲਓ ਹੁਣ ਵੇਖਦੇ ਹਾਂ ਵੀ ਬੱਲੇ ਬੱਲੇ ਕਰਵਾਉਂਦਾ ਹੋਇਆ ਮੈਦਾਨ ਦੇ ਵਿੱਚ ਪੁਆਇੰਟ ਕਿਸ਼ਨਗੜ੍ਹ ਫਰਵਾਹੀ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅੱਜ ਕਹਿੰਦੇ ਵੀ ਕੰਗਣਵਾਲ ਦੇ ਵਿੱਚ ਵੀ ਟੂਰਨਾਮੈਂਟ ਚੱਲ ਰਿਹਾ, ਜਿੱਥੋਂ ਕਹਿੰਦੇ ਵੀ ਢੱਡਿਆਂ ਵਾਲਾ ਬਿੱਲਾ ਮੋਡੀਫਾਈ ਸਕੂਟਰ ਜਿੱਤ ਗਿਆ ਕਬੱਡੀ 75 ਕਿਲੋ ਭਾਰ ਖੇਡਦਿਆਂ ਕੰਗਣਵਾਲ ਦੇ ਟੂਰਨਾਮੈਂਟ ਦੇ ਵਿੱਚ। ਇੱਧਰਲੇ ਪਾਸੇ ਕਰਮਾ ਕਿਸ਼ਨਗੜ੍ਹ ਫਰਵਾਹੀ ਦਾ ਕਬੱਡੀ ਪਾਉਂਦਾ ਹੋਇਆ ਤੇ ਪੁਆਇੰਟ ਕਰਮਜੀਤ ਦਾ ਪੁਆਇੰਟ ਕਿਸ਼ਨਗੜ੍ਹ ਫਰਵਾਹੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਓਪਨ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ। ਜਾਣ ਲਈ ਖੁਰਦ ਤੇ ਛਾਤਰ ਦੋਨੋਂ ਟੀਮਾਂ ਫਾਈਨਲ ਦੀਆਂ ਗਰਾਊਂਡ ਦੇ ਵਿੱਚ ਆ ਜਾਣ ਤੇ ਨਾਲ ਓਪਨ ਦੇ ਫਾਈਨਲ ਮੈਚ ਦੀ ਕਮੈਂਟਰੀ ਦੇ ਲਈ ਮੈਂ ਬੇਨਤੀ ਕਰਦਾ ਰਾਜੂ ਫਕਰ ਝੰਡੇ ਵਾਲੇ ਨੂੰ ਕਿ ਸਾਡਾ ਵੀਰ ਗਰਾਊਂਡ ਦੇ ਵਿੱਚ ਆ ਜਾਏ। ਅਵਤਾਰ ਸਿੰਘ ਜੀ ਸਿੱਧੂ ਤਾਰੀ ਕਲੱਬ ਪ੍ਰਧਾਨ, ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ, ਸਾਰੇ ਵੀਰਾਂ ਨੇ ਰਲ ਮਿਲ ਕੇ ਕਬੱਡੀ ਦਾ ਵੱਡਾ ਕਬੱਡੀ ਕੱਪ ਕਰਵਾਇਆ, ਦੁਨੀਆ ਦੇ ਸਟਾਰ ਕਬੱਡੀ ਖਿਡਾਰੀ। ਕਹਿੰਦੇ ਵੀ 60 ਦੇ ਲਾਗੇ ਓਪਨ ਕਬੱਡੀ ਦੀਆਂ ਟੀਮਾਂ ਪੁੱਜ ਗਈਆਂ, 12 ਤੋਂ ਉੱਪਰ ਮੇਰੇ ਖਿਆਲ ਦੇ ਵਿੱਚ ਸਮਾਂ ਹੋ ਗਿਆ। ਲਓ ਮੈਦਾਨ ਦੇ ਵਿੱਚ ਮੇਜਰ ਸਿੰਘ ਕਿਸ਼ਨਗੜ੍ਹ ਫਰਵਾਹੀ ਦੀ ਧਰਤੀ ਦਾ ਨੌਜਵਾਨ ਇਸ ਸਮੇਂ ਕਬੱਡੀ ਪਾਉਂਦਾ ਹੋਇਆ। 12:10 ਹੋ ਚੁੱਕੇ ਆ, ਤਰੀਕ ਜਿਹੜੀ 2 ਹੋ ਚੁੱਕੀ ਹੈ। ਲਓ ਪੁਆਇੰਟ ਜਿਹੜਾ ਸਾਹਮਣੇ ਮੇਜਰ ਸਿੰਘ ਦਾ ਪੁਆਇੰਟ ਕਿਸ਼ਨਗੜ੍ਹ ਫਰਵਾਹੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਛੰਨਾ ਵਾਲਿਆ ਪਾ ਵੀ ਕਬੱਡੀ। ਲਓ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਹਰਦੀਪ ਸਿੰਘ ਫਤਿਹਗੜ੍ਹ ਛੰਨਾ ਵਾਲਾ ਨੌਜਵਾਨ ਅੱਗੇ ਵੱਲ ਨੂੰ ਵਾਧਾ ਹੋਇਆ। ਪੁੱਜੀਆਂ ਹੋਈਆਂ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੇ ਦਰਸ਼ਕ ਵੀਰਾਂ ਦਾ। ਠੰਡ ਬਹੁਤ ਜ਼ਿਆਦਾ ਹੈ, ਫਿਰ ਵੀ ਦਰਸ਼ਕ ਵੀਰ ਟਿਕ ਟਿਕੀ ਲਾ ਕੇ ਜਿਹੜੀ ਐਨ ਗਰਾਊਂਡ ਦੇ ਦਾਇਰੇ ਤੇ ਖੜ ਕੇ ਬੈਠ ਕੇ ਮੈਚਾਂ ਦਾ ਆਨੰਦ ਮਾਣ ਰਹੇ ਹੈ, ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਮੈਦਾਨ ਦੇ ਵਿੱਚ ਗੁਰਪ੍ਰੀਤ ਫਰਵਾਹੀ ਵਾਲਾ ਵੱਧ ਕੇ ਕੋਸ਼ਿਸ਼ ਕਰਦਾ ਹੋਇਆ, ਪੁਆਇੰਟ ਹਰਦੀਪ ਸਿੰਘ ਦਾ ਪੁਆਇੰਟ ਕਹਿੰਦੇ ਵੀ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਹੈ। ਖੇਡ ਨੂੰ ਖੇਡ ਦੀ ਭਾਵਨਾ ਦੇ ਨਾਲ ਖੇਡਣਾ ਨੌਜਵਾਨ ਨੂੰ, ਖੇਡ ਨੂੰ ਖੇਡ ਦੀ ਭਾਵਨਾ ਦੇ ਨਾਲ ਖੇਡਣਾ ਹੈ। ਲਓ ਕਰਮਜੀਤ ਸਿੰਘ ਨੌਜਵਾਨ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਕਿ ਆਪਣੇ ਸਰੀਰ ਉੱਤੇ ਮਾਣ ਹੋਣਾ ਚਾਹੀਦਾ ਹੈ, ਲੋੜ ਤੋਂ ਵੱਧ ਹੰਕਾਰ ਨਹੀਂ ਹੋਣਾ ਚਾਹੀਦਾ, ਪਰ ਆਪਣੇ ਸਰੀਰ ਉੱਤੇ ਮਾਣ ਹੋਣਾ ਚਾਹੀਦਾ, ਲੋੜ ਤੋਂ ਵੱਧ ਹੰਕਾਰ ਨਹੀਂ ਹੋਣਾ ਚਾਹੀਦਾ। ਲਓ ਪੁਆਇੰਟ ਸਾਹਮਣੇ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ, ਅਗਲੀ ਕਬੱਡੀ ਰੂੜੇ ਕੇ ਕਲਾਂ ਦੀ ਧਰਤੀ ਦਾ ਨੌਜਵਾਨ ਅੱਗੇ ਵੱਲ ਨੂੰ ਵਾਧਾ ਹੋਇਆ। ਓਪਨ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ। ਛਾਤਰ ਤੇ ਜਾਂਡਲੀ ਖੁਰਦ, ਜਾਂਡਲੀ ਖੁਰਦ ਵਰਸ ਜੀ ਛਾਤਰ, ਓਪਨ ਕਬੱਡੀ ਦੇ ਫਾਈਨਲ ਦੀਆਂ ਟੀਮਾਂ ਕਿਰਪਾ ਕਰਕੇ ਜਲਦੀ ਮੈਦਾਨ ਦੇ ਵਿੱਚ ਪੁੱਜ ਜਾਣ। ਲਓ ਮੈਦਾਨ ਦੇ ਵਿੱਚ ਇੱਧਰਲੇ ਪਾਸੇ ਕਹਿੰਦਾ ਢੱਡਿਆਂ ਵਾਲਾ ਵੱਧ ਕੇ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ, ਪੁਆਇੰਟ ਜਿਹੜਾ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਮੇਜਰ ਨੌਜਵਾਨ ਪਾ ਵੀ ਕਬੱਡੀ। ਲਓ ਮੈਦਾਨ ਦੇ ਵਿੱਚ ਮੇਜਰ ਫਰਵਾਹੀ ਵਾਲਾ ਨੌਜਵਾਨ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ।
ਨਾਉਂ ਦੱਸ 11 ਤਰੀਕ ਅਹਿਮਦਪੁਰ ਦੇ ਟੂਰਨਾਮੈਂਟ ਦੀ ਆ ਸਾਰੇ ਖਿਡਾਰੀ ਵੀਰ ਤੇ ਦਰਸ਼ਕ ਵੀਰ ਜ਼ਰੂਰ ਨੋਟ ਕਰਨਗੇ 16 17 18 ਤਰੀਕ ਵੀਰੇਵਾਲ ਦੇ ਟੂਰਨਾਮੈਂਟ ਦੀ ਹੈ ਲਓ ਅੱਜ ਕਹਿੰਦੇ ਵੀ ਗੱਲ ਹੋ ਰਹੀ ਹੈ ਕਹਿੰਦੇ ਵੀ ਸਰਦੂਲਗੜ੍ਹ ਦੇ ਕਬੱਡੀ ਕੱਪ ਦੀ ਗੱਲ ਮੋਟਰਸਾਈਕਲਾਂ ਦੀ ਹੋਣੀ ਹੈ ਲਓ ਹੁਣ ਫਾਈਨਲ ਦੇ ਵਿੱਚ ਜਿਹੜੇ ਬੈਸਟ ਖਿਡਾਰੀ ਕੱਢੇ ਜਾਣਗੇ ਇੱਕ ਬੈਸਟ ਰੇਡਰ ਤੇ ਗਜਾਫੀ ਜਿਨ੍ਹਾਂ ਨੂੰ ਕਹਿੰਦੇ ਵੀ ਕੱਪਾਂ ਦੇ ਨਾਲ ਵੀ ਮਾਨ ਸਨਮਾਨ ਕੀਤੇ ਜਾਣਗੇ ਅਵਤਾਰ ਸਿੰਘ ਜੀ ਸਿੱਧੂ ਤਾਰੀ ਕਲੱਬ ਪ੍ਰਧਾਨ ਸਾਡੇ ਵੀਰ ਦੱਸ ਰਹੇ ਹੈ ਕਿ ਕੱਪਾਂ ਦੇ ਨਾਲ ਵੀ ਮਾਨ ਸਨਮਾਨ ਕੀਤੇ ਜਾਣਗੇ ਜਿੱਥੇ ਕਬੱਡੀ ਓਪਨ ਕਬੱਡੀ ਓਪਨ ਫਾਈਨਲ ਦੀਆਂ ਦੋਵੇਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਗਰਾਊਂਡ ਲਾ ਕੇ ਪਹੁੰਚਣ ਵੀ ਮੈਚ ਸਮਾਪਤ ਹੋਣ ਵਾਲਾ 75 ਕਿਲੋ ਫਾਈਨਲ ਓਪਨ ਦਾ ਲਾਸਟ ਫਾਈਨਲ ਮੈਚ ਰਹਿ ਰਿਹਾ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਗਰਾਊਂਡ ਦੇ ਲਾ ਕੇ ਪਹੁੰਚ ਜਾਣ ਕਬੱਡੀ ਓਪਨ ਦੀਆਂ ਦੋਵੇਂ ਟੀਮਾਂ ਫਾਈਨਲ ਮੈਚ ਲਓ ਪੱਪੂ ਰੂੜੇ ਕੇ ਕਲਾਂ ਵਾਲਾ ਨੌਜਵਾਨ ਇੱਕ ਪੁਆਇੰਟ ਹੋਰ ਹੈ ਸਮੇਂ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਮੁੰਡਿਆ ਪਾ ਵੀ ਕਬੱਡੀ ਲਓ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਅੱਗੇ ਵੱਲ ਨੂੰ ਵਾਧਾ ਹੋਇਆ ਰੂੜੇ ਕੇ ਕਲਾਂ ਤੇ ਕਿਸ਼ਨਗੜ੍ਹ ਫਰਵਾਹੀ ਦੀਆਂ ਟੀਮਾਂ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ 30 ਦੇ ਲਾਗੇ ਟੀਮਾਂ ਪਹੁੰਚੀਆਂ ਸਨ ਕਬੱਡੀ 75 ਕਿਲੋ ਭਾਰ ਦੀਆਂ ਲਓ ਮੈਦਾਨ ਦੇ ਵਿੱਚ ਰੂੜੇ ਕੇ ਕਲਾਂ ਦੀ ਧਰਤੀ ਦਾ ਨੌਜਵਾਨ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਸਾਹਮਣੇ ਕਹਿੰਦਾ ਨੌਜਵਾਨ ਕਹਿੰਦੇ ਵੀ ਨਾਲ ਮੇਸ਼ੀ ਵੀ ਚੈਨ ਦੇ ਵਿੱਚ ਜਾ ਖੜਿਆ ਹੈ ਗੁਰਪ੍ਰੀਤ ਮੋਟਾ ਹੈ ਕਿਸ਼ਨਗੜ੍ਹ ਫਰਵਾਹੀ ਦੀ ਧਰਤੀ ਇੱਕ ਪਾਸੇ ਜ਼ਿਲ੍ਹਾ ਮਾਨਸਾ ਖੇਡ ਰਿਹਾ ਹੈ ਦੂਜੇ ਪਾਸੇ ਜ਼ਿਲ੍ਹਾ ਬਰਨਾਲਾ ਲਓ ਮੈਦਾਨ ਦੇ ਵਿੱਚ ਮੁੰਡਾ ਕਿਸ਼ਨਗੜ੍ਹ ਫਰਵਾਹੀ ਦੀ ਟੀਮ ਦਾ ਜਾਫੀ ਵੱਧ ਕੇ ਕੋਸ਼ ਕਰਦਾ ਹੋਇਆ ਪੁਆਇੰਟ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਜਾਣ ਲਈ ਖੁਰਦ ਤੇ ਛਾਤਰ ਓਪਨ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ ਓਪਨ ਦੇ ਫਾਈਨਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਜੀ ਛਾਤਰ ਤੇ ਜਾਣ ਲਈ ਖੁਰਦ ਛਾਤਰ ਤੇ ਜਾਣ ਲਈ ਖੁਰਦ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਮੈਦਾਨ ਦੇ ਵਿੱਚ ਪੁੱਜ ਜਾਣ ਇਧਰਲੇ ਪਾਸੇ ਪਾਲੂ ਰੂੜੇਕਿਆਂ ਵਾਲਾ ਨੌਜਵਾਨ ਹੰਧਿਆਂ ਦੇ ਲਾਗੇ ਜੱਫਾ ਲਾਉਣ ਦੀ ਕਰਦਾ ਪੂਰੀ ਕੋਸ਼ਿਸ਼ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਫਾਈਨਲ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਣ ਜੀ ਜਾਣ ਲਈ ਖੁਰਦ ਵਰਸ ਜੀ ਛਾਤਰ ਦਾ ਫਾਈਨਲ ਮੈਚ ਕਬੱਡੀ ਓਪਨ ਦਾ ਬੈਸਟਾਂ ਨੂੰ ਮੋਟਰਸਾਈਕਲ ਫਸਟ 51,000 ਤੇ ਸੈਕਿੰਡ 41,000 ਲਓ ਅੱਜ ਕਹਿੰਦੇ ਵੀ 2,00,000 ਦਾ ਜਿਹੜਾ ਮੈਚ ਖੇਡਿਆ ਜਾਵੇਗਾ ਸਰਦੂਲਗੜ੍ਹ ਦੇ ਕਬੱਡੀ ਕੱਪ ਤੇ 2,00,000 ਦੇ ਲਾਗੇ ਜਿਹੜਾ ਫਾਈਨਲ ਮੈਚ ਖੇਡਿਆ ਜਾਵੇਗਾ ਲਓ ਪੁਆਇੰਟ ਜਿਹੜਾ ਸਾਹਮਣੇ ਪੁਆਇੰਟ ਜਿਹੜਾ ਹਰਦੀਪ ਦਾ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਬਈ ਫਰਵਾਹੀ ਵਾਲਾ ਕਰਮਜੀਤ ਅਗਲੀ ਰੇਡ ਪਾਉਣ ਦੇ ਲਈ ਅੱਗੇ ਵੱਲ ਨੂੰ ਵਾਧਾ ਹੋਇਆ ਕਰਮਜੀਤ ਕਰਮਾ ਕਿਸ਼ਨਗੜ੍ਹ ਫਰਵਾਹੀ ਦੀ ਧਰਤੀ ਦਾ ਨੌਜਵਾਨ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਸਰਬ ਸਾਂਝਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਦੂਲਗੜ੍ਹ ਦਾ 8ਵਾਂ ਕਬੱਡੀ ਕੱਪ 47ਵਾਂ ਪੇਂਡੂ ਟੂਰਨਾਮੈਂਟ ਕਹਿੰਦੇ ਵੀ ਕੌੜੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤੀ ਦੇ ਕਿਨਾਰੇ ਹੈ ਫਾਈਨਲ ਮੈਚ ਬਾਕੀ ਆ ਸਾਰੇ ਦਰਸ਼ਕ ਜਿੰਨੇ ਦਰਸ਼ਕ ਖੜੇ ਹੈ ਐਨ ਕਹਿੰਦੇ ਵੀ ਕਬੱਡੀ ਦੇ ਸੱਚੇ ਆਸ਼ਕ ਖੜੇ ਹੈ ਤੇ ਬਾਕੀ ਬਹੁਤ ਸਾਰੇ ਦਰਸ਼ਕ ਚਲੇ ਗਏ ਹੈ ਲਓ ਫਾਈਨਲ ਮੈਚ ਸਾਰੇ ਦਰਸ਼ਕਾਂ ਨੇ ਵੇਖ ਕੇ ਜਾਣਾ ਹੈ 2,00,000 ਦਾ ਜਿਹੜਾ ਫਾਈਨਲ ਮੁਕਾਬਲਾ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਛਾਤਰ ਤੇ ਜਾਣ ਲਈ ਖੁਰਦ ਦੀਆਂ ਟੀਮਾਂ ਦਾ ਦੋਨੋਂ ਟੀਮਾਂ ਫਾਈਨਲ ਦੀਆਂ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾਣ ਦੱਸੇਗਾ ਭਿੰਦਰ ਗਿੱਲਾਂ ਵਾਲਾ ਕਿ ਪੁਆਇੰਟ ਰੇਡਰ ਦਾ ਪੁਆਇੰਟ ਰੂੜੇ ਕੇ ਕਲਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਮੁੰਡਿਆ ਪਾ ਵੀ ਕਬੱਡੀ ਨੌਜਵਾਨ ਲਓ ਮੈਦਾਨ ਦੇ ਵਿੱਚ ਕਿਸ਼ਨਗੜ੍ਹ ਫਰਵਾਹੀ ਵਾਲਾ ਨੌਜਵਾਨ ਮੇਜਰ ਸਿੰਘ ਅੱਗੇ ਵੱਲ ਨੂੰ ਵਾਧਾ ਹੋਇਆ ਨੌਜਵਾਨ ਸਾਹਮਣੇ ਕਹਿੰਦੇ ਵੀ 4 ਜਾਫੀ ਰੂੜੇ ਕੇ ਕਲਾਂ ਦੀ ਧਰਤੀ ਦੇ ਹੈ 3 ਫਰਵਰੀ ਨੂੰ ਝੰਡੂਕਿਆਂ ਦੇ ਵਿੱਚ ਕਬੱਡੀ ਓਪਨ ਦੇ ਮੈਚ ਹੋਣਗੇ ਸਾਰੀਆਂ ਟੀਮਾਂ ਨੋਟ ਕਰ ਲੈਣਗੀਆਂ ਕਬੱਡੀ ਓਪਨ ਦੀਆਂ 41,000 ਫਸਟ ਪ੍ਰਾਈਜ਼ ਹੈ 31 ਸੈਕਿੰਡ ਹੈ 3 ਫਰਵਰੀ ਨੂੰ ਝੰਡੂਕਿਆਂ ਦੇ ਵਿੱਚ ਓਪਨ ਕਬੱਡੀ ਦੇ ਮੈਚ ਹੋਣਗੇ 9, 10, 11 ਤਰੀਕ ਅਹਿਮਦਪੁਰ ਦੇ ਵਿੱਚ ਟੂਰਨਾਮੈਂਟ ਹੋਵੇਗਾ ਔਰ 16, 17, 18 ਤਰੀਕ ਵੀਰੇਵਾਲਾ ਦੇ ਵਿੱਚ ਟੂਰਨਾਮੈਂਟ ਹੋਵੇਗਾ ਔਰ 20 ਅਤੇ 21 ਫਰਵਰੀ ਨੂੰ ਨਥੇਹੇ ਦੇ ਵਿੱਚ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ 20 ਅਤੇ 21 ਫਰਵਰੀ ਨੂੰ ਨਥੇਹੇ ਦੀ ਧਰਤੀ ਤੇ ਵੱਡਾ ਟੂਰਨਾਮੈਂਟ ਖੇਡਿਆ ਜਾਵੇਗਾ ਸਾਰੇ ਖੇਡਾਰੀ ਦੇ ਲਈ ਦੱਸਿਆ ਜਾ ਰਿਹਾ ਹੈ ਕਬੱਡੀ ਓਪਨ ਦੀਆਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਗਰਾਊਂਡ ਵਿੱਚ ਪਹੁੰਚਣ ਜੀ 75 ਕਿਲੋ ਦਾ ਫਾਈਨਲ ਮੈਚ ਸਮਾਪਤ ਹੋ ਚੁੱਕਿਆ ਹੈ ਗਰਾਊਂਡ ਖਾਲੀ ਹੋ ਚੁੱਕਿਆ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਲਾਸਟ ਮੈਚ ਹੈ ਓਪਨ ਕਬੱਡੀ ਦਾ ਫਾਈਨਲ ਮੈਚ ਹਰਿਆਣੇ ਦੀਆਂ ਦੋਵੇਂ ਟੀਮਾਂ ਨੇ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਗਰਾਊਂਡ ਪਹੁੰਚਣ ਵੀ
ਇਸ ਮੈਚ ਦੇ ਵਿੱਚੋਂ ਨਿੱਕੂ ਚਹਿਲ, ਜੇ ਕਿਤੇ ਮੇਰੀ ਆਵਾਜ਼ ਸੁਣਦਾ ਤਾਂ ਸਟੇਜ ਤੇ ਪਹੁੰਚੇ ਨਿੱਕੂ ਚਹਿਲ। ਕਿਸ਼ਨਗੜ੍ਹ ਫਰਵਾਹੀ ਦੀ ਟੀਮ ਦੇ ਪੁਆਇੰਟ ਨੇ ਜੀ 15 ਤੇ ਰੂੜੇ ਕੇ ਕਲਾਂ ਦੀ ਟੀਮ ਦੇ ਪੁਆਇੰਟ ਨੇ 13.5। ਕਿਸ਼ਨਗੜ੍ਹ ਫਰਵਾਹੀ ਦੀ ਟੀਮ ਫਸਟ ਹੈ ਜੀ ਔਰ ਰੂੜੇ ਕੇ ਕਲਾਂ ਦੀ ਟੀਮ ਸੈਕਿੰਡ ਹੈ ਤੇ ਸਾਡੇ ਸਾਰੇ ਰੈਫਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸ਼ੀਰਾ ਪਪਾਲ, ਬੋਟਾ ਭੀਖੀ, ਡੋਗਰ ਭੀਖੀ, ਸੇਵਕ ਢੱਡੇ, ਭੂਰਾ ਢੱਡੇ, ਸੂਬਾ ਭੋਡੀਪੁਰਾ, ਨਿਡੂ ਬਰੇਟਾ, ਭਿੰਦਰ ਗਿੱਲਾਂ ਵਾਲਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਕਬੱਡੀ ਓਪਨ ਦੀਆਂ ਦੋਵੇਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਗਰਾਊਂਡ ਪਹੁੰਚਣ, ਵੀ ਗਰਾਊਂਡ ਖਾਲੀ ਹੋ ਚੁੱਕਿਆ। ਟੀਮਾਂ ਨੂੰ ਅਸੀਂ ਬੇਨਤੀ ਕਦੋਂ ਦੇ ਕਰ ਰਹੇ ਹਾਂ ਵੀ ਟੀਮਾਂ ਸਹਿਯੋਗ ਕਰਨ, ਫਾਈਨਲ ਮੈਚ ਦੀਆਂ ਦੋਵੇਂ ਟੀਮਾਂ ਜਲਦੀ ਜਲਦੀ ਗਰਾਊਂਡ ਦੇ ਲਾਗੇ ਪਹੁੰਚ ਜਾਣ ਜੀ, ਗਰਾਊਂਡ ਖਾਲੀ ਹੋ ਚੁੱਕਿਆ। ਕਬੱਡੀ ਓਪਨ ਦੀਆਂ ਟੀਮਾਂ ਨੂੰ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਜਲਦੀ ਜਲਦੀ ਗਰਾਊਂਡ ਪਹੁੰਚਣ। ਵੀ ਰਾਮਗੜ੍ਹ ਭੂੰਦੜ ਵਾਲਾ ਸੰਦੀਪ ਭਾਈ ਰੂਪੇ ਵਾਲੇ ਕਿਰਨੀ ਨੂੰ ਸਟੇਜ ਦੇ ਸਾਹਮਣੇ ਮਿਲੇ ਜੀ। ਲਾਲਾ ਤੁੰਗ ਵਾਲੀ ਜੀ ਤੁਹਾਡਾ ਨਾਂ ਰਹਿ ਗਿਆ ਸੀ, ਬਹੁਤ ਬਹੁਤ ਧੰਨਵਾਦ ਹੈ ਸਾਰੇ ਰੈਫਰੀ ਵੀਰਾਂ ਦਾ। ਲਾਲਾ ਤੁੰਗ ਜੀ, ਕਬੱਡੀ ਓਪਨ ਦੀਆਂ ਟੀਮਾਂ ਜਲਦੀ ਜਲਦੀ ਗਰਾਊਂਡ ਪਹੁੰਚਣ। ਵੀ ਕਬੱਡੀ ਓਪਨ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਕਬੱਡੀ ਓਪਨ ਦੀਆਂ ਟੀਮਾਂ ਦੋਨੇ ਹਰਿਆਣੇ ਦੀਆਂ ਟੀਮਾਂ ਨੇ, ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਫਾਈਨਲ ਮੈਚ। ਕਬੱਡੀ ਓਪਨ ਦੀਆਂ ਦੋਵੇਂ ਟੀਮਾਂ ਜਲਦੀ ਜਲਦੀ ਗਰਾਊਂਡ ਪਹੁੰਚਣ। ਵੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਟੀਮਾਂ ਜਲਦੀ ਗਰਾਊਂਡ ਪਹੁੰਚਣ ਜੀ। ਕਬੱਡੀ ਓਪਨ ਓਪਨ ਕਬੱਡੀ ਦੇ ਫਾਈਨਲ ਦੀਆਂ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਪੁੱਜ ਜਾਣ। ਜਾਣ ਲਈ ਖੁਰਦ ਵਰਸ ਜੀ ਛਾਤਰ ਇੱਕ ਮੈਚ ਓਪਨ ਕਬੱਡੀ ਦਾ ਲਾਸਟ ਫਾਈਨਲ ਮੈਚ ਦਰਸ਼ਕੋ ਬਾਕੀ ਆ, ਸਾਰਿਆਂ ਨੇ ਵੇਖ ਕੇ ਜਾਣਾ ਹੈ। ਬੈਸਟਾਂ ਨੂੰ ਮੋਟਰਸਾਈਕਲ ਹੋਣਗੇ। ਹਾਂਜੀ, ਇੱਕ ਟੀਮ ਤਾਂ ਪਹੁੰਚ ਚੁੱਕੀ ਹੈ, ਦੂਸਰੀ ਟੀਮ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਵੀ ਗਰਾਊਂਡ ਦੇ ਵਿੱਚ ਜਲਦੀ ਪਹੁੰਚੇ ਜੀ। ਕਬੱਡੀ ਓਪਨ ਦੀਆਂ ਟੀਮਾਂ ਨੂੰ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਫਾਈਨਲ ਮੈਚ ਦੀਆਂ ਟੀਮਾਂ। ਕਬੱਡੀ ਓਪਨ ਦਾ ਫਾਈਨਲ ਮੈਚ ਸਾਂਪ ਵਾ ਕੇ ਲਵਾਇਆ ਜਾਊਗਾ। ਹੈਲੋ, ਇੱਧਰ ਸਾਡੇ ਕੋਚ ਸਾਹਿਬ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸਾਡੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਲਓ ਜੀ, ਕੋਚ ਸਾਹਿਬ ਕੋਈ ਗੱਲਬਾਤ ਸਾਂਝੀ ਕਰਨਗੇ ਦਰਸ਼ਕਾਂ ਦੇ ਨਾਲ, ਹਰਿਆਣੇ ਤੋਂ ਜਿਨ੍ਹਾਂ ਨੇ ਬਹੁਤ ਸਾਰੀਆਂ ਟੀਮਾਂ ਅੱਜ ਸਰਦੂਲਗੜ੍ਹ ਦੇ ਕਬੱਡੀ ਕੱਪ ਦੇ ਵਿੱਚ ਖਿਡਾਈਆਂ ਲਿਆ ਕੇ, ਬਹੁਤ ਬਹੁਤ ਧੰਨਵਾਦ ਹੈ। ਧੰਨਵਾਦ ਸਭਸੇ ਪਹਿਲੇ ਮਾਨਯ ਔਰਗੇਨਾਈਜ਼ਿੰਗ ਕਮੇਟੀ ਸ਼ਹੀਦ ਭਗਤ ਸਿੰਘ ਕੇ ਨਾਮ ਸੇ ਯੇ ਕਲਬ ਹੈ। ਦਰਸ਼ਕ ਸਾਥੀਓ, ਬੀਂਗ ਏ ਡੀ ਪੀ ਹੋਤੇ ਹੋਏ ਮੇਰੇ ਪਾਸ ਇਹ ਖੇਲ ਸਮਿਤੀ ਗਈ ਸੀ, ਭਾਈ ਨਿੱਕੂ ਚਹਿਲ, ਰੋਸ਼ਨ ਲਾਲ ਪ੍ਰਧਾਨ ਜੀ, ਰਮਨ ਕੁਮਾਰ ਕਾਲਾ ਸਿੰਘ, ਸਰਦੂਲ ਸਿੰਘ, ਉਨਕੇ ਅਨੁਰੂਪ ਜੈਸੇ ਮੈਨੇ ਟੀਮੇ ਭੇਜੀ। ਆਪ ਲੋਗੋ ਨੇ ਬੜਾ ਪਿਆਰ ਮਾਨ ਸਮਾਨ ਬੜੇ ਭਾਈ ਪੰਜਾਬ ਨੇ ਜੋ ਆਪਣੇ ਛੋਟੇ ਭਾਈ ਹਰਿਆਣਾ ਕੋ ਦੀਆ, ਮੈਂ ਆਪਕੋ ਤਹਿ ਦਿਲ ਸੇ ਖੇਲ ਮੈਦਾਨ ਕੇ ਮਾਧਿਅਮ ਸੇ ਨਮਨ ਕਰਤਾ ਹੂੰ। ਛੋਟੇ ਭਾਈ ਕੋ ਇਤਨਾ ਪਿਆਰ ਸਮਾਨ, ਚਾਹੇ ਖਾਣੇ ਕੀ ਬਾਤ ਹੈ, ਚਾਹੇ ਕਿਰਾਏ ਭਾੜੇ ਕੀ ਬਾਤ ਹੈ, ਬਿਲਕੁਲ ਨਿਸ਼ਪਕਸ਼ ਔਰ ਇਮਾਨਦਾਰੀ ਸੇ ਸ਼ਹੀਦ ਭਗਤ ਸਿੰਘ ਖੇਲ ਸਮਿਤੀ ਸਰਦੂਲਗੜ੍ਹ ਨੇ ਇਸ ਪ੍ਰਤੀਯੋਗਿਤਾ ਕੋ ਆਯੋਜਿਤ ਕਰਵਾਣੇ ਕਾ ਕਾਮ ਕੀਆ ਔਰ ਮੈਂ ਪੁਨਿਆ ਨਮਨ ਕਰਤਾ ਹੂੰ। ਔਰ ਜੀ ਸ਼ਹੀਦ ਕੇ ਨਾਮ ਸੇ ਦਰਸ਼ਕ ਸਾਥੀਓ, ਯੇ ਕਲਬ ਹੈ, ਮੈਂ ਨਮਨ ਕਰਤਾ ਹੂੰ ਜਿਨ੍ਹੋਂਨੇ ਸਾਡੇ 23 ਸਾਲ ਕੀ ਉਮਰ ਮੇਂ ਦਰਸ਼ਕ ਸਾਥੀਓ ਆਪਣੀ ਪ੍ਰਾਣੋ ਕੋ ਨੌਛਾਵਰ ਕਰ ਦਿਆ, ਜਿਸਕਾ ਬਚਪਨ ਕਾ ਨਾਮ ਭਾਗਾਂ ਵਾਲਾ ਥਾ ਸ਼ਹੀਦ ਭਗਤ ਸਿੰਘ, ਕਿਉਂਕਿ ਉਸੀ ਦਿਨ ਸੇ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਔਰ ਸੋਨੂ ਸਿੰਘ ਜੇਲ ਸੇ ਉਹਨੇ ਪੈਰੋਲ ਮਿਲੀ ਥੀ, ਉਨਕੀ ਦਾਦੀ ਨੇ ਉਸੀ ਦਿਨ ਜਨਮ ਹੁਆ ਤਾਂ ਉਨਕਾ ਨਾਮ ਭਾਗਾਂ ਵਾਲਾ ਰੱਖਿਆ ਥਾ, ਭਾਗਾਂ ਵਾਲਾ ਸੇ ਭਗਤ ਸਿੰਘ। ਔਰ ਮੈਂ ਸਮੇਂ ਮਿਲਾ ਭਗਤ ਸਿੰਘ ਪੇ ਇੱਕ ਹਰਿਆਣਵੀ ਮੈਂ ਕਵਿਤਾ ਕਵੀ ਨੇ ਬੜੇ ਸੁੰਦਰ ਸ਼ਬਦੋਂ ਮੈਂ ਉਸਕਾ ਵਰਣਨ ਕੀਆ ਹੈ। ਮੈਂ ਦੋਨੋਂ ਟੀਮੋਂ ਸੇ ਅਨੁਰੋਧ ਕਰੂੰਗਾ, ਬਸ ਜਾਂਡਲੀ ਵਰਸੀ ਛਾਤਰ ਜ਼ਿਲ੍ਹਾ ਜੀ ਤੁਰੰਤ ਮੈਦਾਨ ਪਰ ਪਹੁੰਚ ਜਾਏ, ਕੁਛ ਹਰਿਆਣਵੀ ਸਮਝ ਲਓਗੇ ਕਿਆ? ਸਮਝਾਓ ਜੀ। ਵੋ ਕਵਿਤਾ ਹੈ, ਇਸ ਦੇਸ਼ ਕੇ ਅੰਦਰ ਅਸਲੀ ਹੀਰੋ ਕੌਣ ਹੈ? ਮੇਰਾ
एक स्कूल में गया, किसी बच्चे से पूछा भाई आपके असली हीरो कौन है, किसी ने कहा सलमान खान, शाहरुख खान, सनी देओल, लेकिन असली हीरो दर्शक साथियों वो हैं जिन्होंने आज हमारे को खुली हवा में सांस लेने के लिए समय दिया और हमारे को पूरी छूट दी। दर्शक साथियों असली हीरो पर वो कविता है भाई, पहले तो दोनों टीमें आ जाओ भाई, छात्र जिला जींद और भाई जांडली जिला फतेहाबाद। भाई सार में लाग रहा था एक मेला और लोगों का कट्ठा हो रहा था रेड़ा, मेर छोरा दोनों मिलकर पहुंच गए ठेके जोड़ा। छोरा बोला बाबू मिज्जी लूंगा और मैं खावण न चीजी लूंगा। हमने खूब खाया फिर ध्यान घुमाया, देखा तो एक आदमी गुड्डे बेचता पाया, छोरे ने एक सिपाही का गुड्डा ठाया, दुकानदार भी था घणाऊ आया, बोला यू चाबी का खिलौना सर, बड़े मजे का इसका भी बिछौना से, चाबी भरते ही बूट के बूट मारागा, रिसा जोर का सलूट मारागा, डंडा घुमाओगा तो लाग गया तो रुआओगा, पीछे दे दो 50 रुपया में आवेगा। मैं बोला रहा इस खिलौने पे इतना क्यों यत्रावस है, और 50 रुपया में तो असली का पुरुषिया आवेश है। सुनकर दुकानदार के तेवर चढ़ गए और हम भी दोनों आगे बढ़ गए। फिर छोरा ने एक पोस्टर नजर आया और झट देसी एक सवाल फरमाया, बोलिया बाबू कौन सी फिल्म का हीरो है और पोस्टर की कलर स्क्रीन तो जीरो है, पिछाण ना पाऊं कौन सी फिल्म में आया, हमारा देश के हीरो तो मुछ मुंडे हैं, ये तो मुछाला हीरो है। अरे शहीद का नाम तो दर्शक साथियों प्लीज, अरे फिर गाली दे लियो भाई तुम प्लीज। नुबला पिछाण ना पाऊं कौन सी फिल्म में आया, हमारा देश के हीरो तो मुछ मुंडा ही तो मिछाला हीरो है। अरे मेरे लाडले यू देश का असली हीरो है, तेरे शाहरुख सलमान इसका आगे जीरो है, जिसने अंग्रेजा की जान का कट करया था और बम फोड़ का असली का स्टंट भरया था, और जो घर बार माँ बाप ने भूल लिया था और हंसते हंसते फांसी पे झुलिया था, अरे रोइन उसकी मौत थी, गुलामी उसकी सोच थी, जिसके दम तक अंग्रेज आज इस देश से बाहर है, सच बताऊ मेरे लाडले वो भगत सिंह सरदार है। छोरा बोला बात में कुछ, बहुत अच्छे बहुत अच्छे बहुत अच्छे। छोरा बोला बात में कुछ रोल से क्यों बकावा बाबू, ये तो बाबी देओल से। दर्शक साथियों में आसमान का नहीं लिखाया और मैंने भगत सिंह बादला में नजर आया, मैं रो पड़ा सरदार मारे में खोट से और फांसी के फंदे तबिया कसूती चोट से, मैं दिन में पहली बार अपने आप शरमाया और गलती मारी से सरदार जी, हमने नई पीढ़ी तेरा बलिदान नहीं बताया, जाए थे तो बात में या रोड से, देश के हीरो भगत सुखदेव नहीं बल्कि मैं शाहरुख सनी देओल से। जय हिंद जय भारत, जय बड़ा भाई पंजाब सरदूलगढ़ की खेल समिति ने इतना मान सम्मान दिया, मैं सभी को नमन करता हूँ, और भाई कोई गलती होगी तो माफ करियो। बहुत बहुत धन्यवाद मास्टर डीपी साहबान सतपाल जी जींद वालों का, और रेफरी साहबान जी बिसल मारो जी। कबड्डी ओपन की एक टीम पहुंच चुकी है, दूसरी टीम ने असीं बेनती करते हैं भी जल्दी जल्दी ग्राउंड पहुंचे जी, कबड्डी ओपन की टीम नूं असीं बेनती करते हैं जल्दी जल्दी पहुंचे भी कबड्डी ओपन। भाई काला जंडली मेरा अनुरोध है प्लीज आप मैदान पर आइए, छात्र की टीम खेल मैदान पर, क्योंकि समय ज्यादा हो गया, एक तरफ दर्शक साथियों जिला जींद होगा, दूसरी तरफ हरियाणा का फतेहाबाद जिला होगा, और फतेहाबाद भी वो जिला वो गांव है दर्शक साथियों जांडली का, जहां हिंदुस्तान को विश्व कुश्ती चैंपियनशिप में पहला ब्रॉन्ज मेडल मिला था जांडली के उदय सिंह ने, उस गांव की टीम है, और छात्र गांव भी हरियाणा का दूसरा गांव है जहां एक पंचायत का चुनाव करते हैं 12,000 के लगभग मतदाता। तो मैं अनुरोध करूंगा काला जांडली मैदान पर आए काला जांडली, क्योंकि समय कम हो गया है, आप आइए प्लीज। तो भाई प्लीज आइए भाई काला जंडली प्लीज, समय काफी हो गया, आप मैदान पर पहुंचे भाई, ये जंडली की टीम खेल मैदान पर है दर्शक साथियों, और मैं तो भाई मुहिम में जुड़ा हुआ, चाहे कन्या भ्रूण हत्या की बात है, चाहे नशों की बात है, चाहे किसान की बात है, चाहे शहीद की बात है, कविता तो मेरे पे सारी रात सुन लो भाई। कबड्डी 75 किलो दे जो फर्स्ट सेकंड टीम आईयां ने फर्स्ट किशनगढ़ फरमाही उसनों सम्मानित किया जा रहा है, और सैकेंड आई है जी रूड़े के, सैकेंड रूड़े के, फर्स्ट किशनगढ़ जी फरमाही कप दे नाल नाल प्राइज मनी दे के इन्हों सम्मानित किया जा रहा है किशनगढ़ फरमाही वालों,
और नाल ही रूड़ेके वालों को बेनती है भी कृपा करके स्टेज पर पहुंचन ता जो कबड्डी 75 किलो फर्स्ट किशनगढ़ फरमाही और सैकेंड रूड़ेके कला। भाई कर लो चेक कर लो अपने आप में प्लीज। उमेद सिंह बला बुलिए सारे ने बला धन्यवाद। खेल समिति दर्शक साथियों 75 किलोग्राम भार वर्ग की जो टीम है प्रथम और द्वितीय स्थान पर आई उनको हमारे क्लब के सभी पदाधिकारी स्मृति चिन्ह और धनराशि देकर सम्मानित कर रहे हैं। और दर्शक साथियों ये 92,000 रुपए का मैच होगा और दो शायद महिंद्रा कंपनी की दो चमचमाती हुई बाइक्स होंगी। कौन होगा यहाँ से चेतक बैठ के जाएगा खेल समिति और दानवीर कर्ण उनको अपने हाथों से चाबी देकर यहाँ से सी ऑफ करेंगे सेट ऑफ करेंगे। मेरा अनुरोध है जांडली की टीम से तुरंत मैदान पर पहुंचे। दर्शक साथियों पवन कुमार जांडली कौन नहीं जानता पिल्लू खेड़ा की धरती का बेस्ट कैचर है। मीता जांडली कौन नहीं जानता। दर्शक साथियों बड़ी दोनों हरियाणा की स्टार टीमें हैं क्योंकि यहां पर 53 टीमों ने पार्टिसिपेट किया था और उनमें से ये दो टीमें हैं जो फाइनल में पहुंची हैं। 92,000 रुपए का ये करेंसी का मुकाबला होगा और दो महिंद्रा कंपनी की चमचमाती हुई बाइक्स होंगी। करीब 2.25 लाख रुपए का पहला और दूसरा मिलाकर इनाम है जी इस ओपन कबड्डी का पहला मोटरसाइकिल प्लस प्राइज। भाई जांगली वाले हजे तक तुसी पहुंचे नहीं। चलिए सोनू समय काफी होगा चलियो बेटा प्लीज। हाँ जी रेफरी साहब विसल मारो शुरू कराओ। हाँ मतलब यहाँ एक बार सारा खेल क्लब आता इनको आशीर्वाद देता क्योंकि अंतिम मैच है। वैसे आपकी जो परंपरा उसके हिसाब से देखो जी क्योंकि हमारी प्रतियोगिता का ये अंतिम मैच है जी। सभी मैं बेनती करता साडे रेफरी साहबाना नू भी दोनों टीमों नू लाइन अप कर लन। डॉक्टर विश्वास जी जी और डॉक्टर प्लीज। हाँ और डॉक्टर अशोक गुप्ता जी विश्वास मनोरोग नशा मुक्ति हस्पताल सांगवान चौक सरसा इन्होंने बच्चों आशीर्वाद देने पहुंच रहे ने। मैं साडे क्लब के प्रधान अवतार सिंह जी तारी तो क्लब के रमनदीप सिंह जी उप प्रधान जी और क्लब मैंबर बेनती करता उन्हें रिसीव करके लैके आने डॉक्टर अशोक गुप्ता और डॉक्टर जोगिंदर जी कृपा करके नाल उन्होंने पुज रहे साडे रास्ता दे दो जी मूहरे टीमां लाइन अप कर लो। रेफरी साहब बेनती है टीमां बेनती है लाइना खड़ जान सतीश साहब सतीश लाइन अप होना प्लीज। सोनू दोनों टीमां दे प्लेयरां नू बेनती है भी डिसिपलिन का पालन करो। साड़ी बेनती है दोनों टीम लाइन अप हो जाओ इस लाइन बार खड़ जाओ ता जो तुहाडे नाल अज दे फाइनल मैच तो पहला डॉक्टर अशोक गुप्ता जी जिन्होंने के साडे क्लब नू एक मोटरसाइकिल जो कि बेस्ट रेट के तौर पर दिता जाएगा और 7100 रुपए जो कि 65 किलो की टीम नू सैकेंड प्राइज है और नाल उन्हां दे पुजे डॉक्टर जोगिंदर जी का भी बहुत बहुत धन्यवाद करते हैं। उन्होंने नाल पुजे साढ़े मौजूद मेहमान सरदार बोगा सिंह जी का सुनील कुमार जी कप्पा जैन जी का और क्लब के सारे मैंबर का बहुत बहुत धन्यवाद करते हैं जिन्हें इन्होंने बच्चों को आशीर्वाद दे के फाइनल मैच शुरू कराने की इजाजत चाहेंगे। और एक यादगारी फोटो डॉक्टर अशोक गुप्ता जी के नाल जो कि विश्वास मनोरोग अते नशा मुक्ति हस्पताल सरसा सांगवान चौक नजदीक शर्मा पेट्रोल पंप वाली गली के साथ डॉक्टर अशोक गुप्ता जी इन बच्चों को आशीर्वाद देते हुए इन मैं एक बारी फिर मोमेंटो प्लीज एक फोटो हो जाए जी यादगारी चिन्ह तुहाडे नाल डॉक्टर साहब। हाँ जी बैठ जाओ जी प्लेयरां नूं बेनती है मूहरे बैठ जाएंगे। हाँ जी बैठ जाओ तुसीं प्लेयरां नूं बेनती है बैठ जाओ और डॉक्टर साहब के नाल एक यादगारी चिन्ह मोमेंटो के रूप के विच असीं कैमरे के विच कैद करांगे।
ਆ ਡਾਕਟਰ ਸਾਹਿਬ ਜੋਗਿੰਦਰ ਸਿੰਘ ਜੀ ਜੋਗਿੰਦਰ ਕੁਮਾਰ ਜੀ ਨੂੰ ਅੱਗੇ ਕਰੋ ਜੀ ਡਾਕਟਰ ਸਾਹਿਬ ਦੇ ਨਾਲ ਜੋਗਿੰਦਰ ਜੀਆਂ ਨੂੰ ਡਾਕਟਰ ਜੋਗਿੰਦਰ ਜੀਆਂ ਨੂੰ ਵੀ ਅੱਗੇ ਕਰੋ ਬਹੁਤ ਬਹੁਤ ਧੰਨਵਾਦ ਮੈਂ ਹਾਂਜੀ ਫੋਟੋ ਕੈਮਰੇ ਦੇ ਵਿੱਚ ਹਾਂਜੀ ਡਾਕਟਰ ਸਾਹਿਬ ਪਲੀਜ਼ ਸਾਹਮਣੇ ਹਾਂਜੀ ਸਾਡੇ ਸਾਰੇ ਕਲੱਬ ਦੇ ਮੈਂਬਰਾਂ ਦਾ ਡਾਕਟਰ ਅਸ਼ੋਕ ਔਰ ਡਾਕਟਰ ਜੋਗਿੰਦਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਧੰਨਵਾਦ ਕਰਦੇ ਹਾਂ ਸਾਡੇ ਨਗਰ ਪੰਚਾਇਤ ਦੇ ਉਪ ਪ੍ਰਧਾਨ ਬੋਗਾ ਸਿੰਘ ਜੀਆਂ ਦਾ ਔਰ ਨਾਲ ਹੋਰ ਪਤਵੰਤੇ ਸੱਜਣਾਂ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਪਹੁੰਚ ਕੇ ਸਾਡੇ ਸਟੇਜ ਔਰ ਗਰਾਊਂਡ ਦੀ ਰੌਣਕ ਵਧਾਈ ਹੈ ਔਰ ਨਾਲ ਹੀ ਮੈਂ ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਚ ਸ਼ੁਰੂ ਕਰਵਾਇਆ ਜਾਵੇ ਜੀ ਹਾਂਜੀ ਰੈਫਰੀ ਸਾਹਿਬ ਵਿਸਲ ਮਾਰੋ ਡਾਕਟਰ ਸਾਹਿਬ ਇਹ ਕੋਡਲੈਸ ਦੇਣਾ ਡਾਕਟਰ ਸਾਹਿਬ ਹਾਂਜੀ ਲੀ ਜੀ ਲਓ ਜੀ ਧੰਨਵਾਦ ਹਾਂਜੀ ਰੈਫਰੀ ਸਾਹਿਬ ਵਿਸਲ ਮਾਰੋ ਸਟਾਰਟ ਕਰਾਓ ਜੀ